كارا الصغيرة كبيرة من Oh!
ਗੱਡੀਆਂ ਦਾ ਕਸੂਰ ਕਾਟੇ ਤਾਂ ਅਸਾਂ ਲੋਕਾਂ ਨੇ ਜ਼ਿਆਦਾ ਕਸੂਰ ਹੈ, ਜਿਹੜੇ ਤਾੜੀਆਂ ਮਾਰਨੇ ਨੇ ਸ਼ਾਬਾ ਤਗੜਾ ਹੋ ਜਾ ਗੱਡੀਆਂ ਦੇ, ਉਹ ਦਾ ਰੇਸ ਲਾਉਣਾ। ਇਹ ਗੱਡੀ ਵਾਲੇ ਦੋ ਜਾਂ ਤਰੇ ਬੰਦੇ ਸਟਾਫ ਹੋਣੇ ਨੇ ਨਿੱਘਾ ਜੋਰੇ ਤੇ ਕੇ ਰੇਸ ਲਾਉਣਾ। ਇੱਕ ਬੱਸ ਭਰੀ ਵੀ ਹੈ ਤੋਂ ਬਹਿ ਕੇ ਤਮਾਸ਼ਾ ਤੱਕਣੇ ਨਾਲ ਜਾਣੀ ਜਾਣੀ ਨਾਲ ਫੇਰ ਤਮਾਸ਼ਾ ਤੱਕਣੇ ਨਾਲ ਆਪੇ ਰੇਸ ਲਾਉਣਾ। ਇਹ ਸਾਰਾ ਕਸੂਰ ਹੈ ਕਿ ਉਹਨਾਂ ਨੇ ਇਸਤਕਬਾਲ ਹੋ ਜਾਵੇ, ਫਿਰ ਨਾ ਆ ਕੇ ਸਾਡੇ ਦੇਸ਼ 'ਚ ਅਸਾਂ ਦਾ ਕੰਮ ਹੈ ਦੂਸਰਾ ਸਮਝਾਉਣਾ। ਇਹ ਗਲਤ ਕੰਮ ਹੈ, ਜੇ ਤਾਂ ਚੰਗਾ ਕੰਮ ਹੈ ਤਾਂ ਫਿਰ ਤਾਂ ਮੈਂ ਦੱਸਾਂ ਸਾਥ ਦਿਆ ਜਿਹੜਾ ਬੰਦਾ ਉਸ ਤੋਂ ਸੰਗ ਨਹੀਂ ਖਰੀਦੇ ਆ ਵੀ ਪੈਸੇ ਵੀ ਕਿੰਨੇ ਦੇ ਨਾਲ ਦੇ ਇਹਦਾ ਵੀ ਲਾਵੇ ਜਾ ਨਹੀਂ ਸਕਦੇ ਜਿਵੇਂ ਚੰਗਾ ਕੰਮ ਨਹੀਂ ਹੈ। ਮੈਂ ਗੁਜ਼ਾਰਿਸ਼ ਕਰਨੀ ਸੀ ਸਮਝਾਉਣਾ ਸੀ ਹਰ ਸਾਲ ਸਮਝਾਉਣਾ, ਲੇਕਿਨ ਅੱਲਾ ਨੇ ਸ਼ੁਕਰ ਹੈ ਕਿ ਅਸਾਂ ਨੇ ਬੰਦੇ ਕੋਈ ਐਸੀ ਗੱਲਬਾਤ ਨਹੀਂ ਕਰਨੀ। ਉਮੀਦ ਹੈ ਕਿ ਕਹਿੰਦਾ ਵੀ ਅੱਜ ਵੀ ਹੁਣ ਵੀ ਚਲੋ ਚੱਲ ਸੌ ਆਪਣੇ ਹਿਸਾਬ ਤੋਂ ਚਲੋ ਕੁਛ ਅੱਗੇ ਕੋਈ ਸ਼ਾਹ ਲਾਣਾ ਲੱਗ ਜਾ ਲੰਘ ਜਾ ਆਪਣਾ ਨਾਮ ਬੇਰੁਜ਼ਗਾਰ ਰੋਜ਼ਗਾਰ ਅਦਾ ਕਰੇ ਅੱਲਾ ਸਾਹਮਣੇ ਕਾਰੋਬਾਰ ਦੀ ਬਰਕਤ ਅਦਾ ਫਰਮਾਏ, ਸਭ ਕੇ ਅੱਲਾ ਰਜ਼ਕ ਦੀ ਬਰਕਤ ਅਦਾ ਫਰਮਾਏ, ਕੋਈ ਕਰਜ਼ਾਰ ਹੈ ਖੁਦਾ ਸਾਡੀ ਖੁਦਾ ਨਾ ਗੈਬ ਦੀ ਮਦਦ ਕਰੇ, ਕੋਈ ਬੇ ਔਲਾਦ ਹੈ ਖੁਦਾ ਦੀ ਔਲਾਦ ਹੈ ਜਿਸ ਔਲਾਦ ਨਾ ਫਰਮਾਨਾ ਅੱਲਾ ਉਸ ਕੀ ਤਾਬੇਦਾਰ ਕਰੇ, ਅੱਲਾ ਸਭ ਕੀ ਆਪਣੇ ਖਾਸ ਨੇਕ ਬਣਾਏ ਸ਼ਾਮਿਲ ਕਰੇ। ਅੱਲਾ ਪਾਕ ਜਿਹੜੇ ਇਹ ਬਦਬਸ ਹੈ ਜਿਸ ਨੇ ਜੋ ਵੀ ਜਾਨੀ ਮਾਲੀ ਖਿਦਮਤ ਕੀਤੀ ਹੈ, ਅੱਲਾ ਪਾਕ ਉਸ ਕੀ ਸਾਜਰ ਅਜ਼ੀਮ ਅਦਾ ਕਰੇ, ਅੱਲਾ ਇਹਨਾਂ ਨੇ ਕਾਰੋਬਾਰ ਦੀ ਬਰਕਤ ਅਦਾ ਕਰਨਾ, ਅੱਲਾ ਇਹਨਾਂ ਨੇ ਰਿਜ਼ਕ ਦੀ ਬਰਕਤ ਅਦਾ ਕਰਨਾ, ਅੱਲਾ ਇਹਨਾਂ ਨੇ ਖੁਦਾ ਨਾ ਗੈਬ 'ਚ ਮਦਦ ਕਰੇ, ਅੱਲਾ ਨਿਜ਼ਾਦ ਆਪਣੇ ਪਿਆਰੇ ਅਬੀਬ ਦੇ ਸਦਕੇ ਇਹ ਲੰਗਰ ਕਿਆਮਤ ਤੱਕ ਜਾਰੀ ਰੱਖੇ। ਜੋ ਵੀ ਖੁਦਾ ਨੇ ਕਾਰਜੀ ਹੈ ਜਗ੍ਹਾ ਦਾ ਅੱਲਾ ਵਾਸਤੇ ਖਿਦਮਤ ਕਰੇ, ਅੱਲਾ ਪਾਕ ਉਹਨਾਂ ਕੀ ਜਾਇਦਾਦ ਤੋਫੀਕ ਦੇ ਕਿ ਅੱਲਾ ਨੇ ਘਰਾਂ 'ਚ ਖਿਦਮਤ ਕਰ ਸਕਣ, ਅੱਲਾ ਦੀ ਮਖਲੂਕ ਦੀ ਖਿਦਮਤ ਕਰ ਸਕਣ, ਅੱਲਾ ਪਾਕ ਸਭ ਕੀ ਖਾਸ ਆਪਣੇ ਨੇਕ ਬੰਦੇ ਸ਼ਾਮਲ ਕਰੇ, ਸਭ ਦੀਆਂ ਮੁਸ਼ਕਲਾਂ ਆਸਾਨ ਕਰੇ, ਸਭ ਦੀਆਂ ਤਕਲੀਫਾਂ ਦੂਰ ਕਰੇ। ਜੋ ਵੀ ਦਿਲ ਵਿੱਚ ਨੇਕ ਇਰਾਦਾ ਲੈ ਕੇ ਆਇਓ, ਅੱਲਾ ਪਾਕ ਆਪਣੇ ਪਿਆਰੇ ਅਬੀਬ ਨੇ ਸਦਕੇ ਸਭ ਦੀਆਂ ਦਿਲੀ ਨੇਕ ਇਰਾਦਾ ਪੂਰੀਆਂ ਕਰੇ, ਸਭ ਦੀਆਂ ਪਰੇਸ਼ਾਨੀਆਂ ਦੂਰ ਕਰੇ, ਸਭ ਦੀਆਂ ਮੁਸ਼ਕਲਾਂ ਆਸਾਨ ਕਰੇ, ਘਰਾਂ 'ਚ ਕੋਈ ਬਿਮਾਰ ਅੱਲਾ ਉਹਨਾਂ ਦੀ ਸਿਹਤ ਦੇ, ਕੋਈ ਪਰੇਸ਼ਾਨ ਅੱਲਾ ਉਸਦੀ ਪਰੇਸ਼ਾਨੀ ਦੂਰ ਕਰੇ, ਕੋਈ ਮੁਕੱਦਮੇ ਅੱਲਾ ਪਾਕ ਮੁਕੱਦਿਆਂ ਦੀ ਨਿਜਾਤ ਦਿਲਾਏ, ਕਰਜ਼ਾਰ ਹੈ ਉਸਦੀ ਖੁਦਾ ਨਾ ਗੈਬ 'ਚ ਮਦਦ ਕਰੇ, ਪਰੇਸ਼ਾਨ ਅੱਲਾ ਪਰੇਸ਼ਾਨੀ ਦੂਰ ਕਰੇ, ਕੋਈ ਹਸਪਤਾਲਾਂ ਦਾਖਲ ਅੱਲਾ ਪਾਕ ਉਹਨਾਂ ਦੀ ਸਿਹਤ ਤੰਦਰੁਸਤੀ ਦੇ, ਅੱਲਾ ਪਾਕ ਇਹ ਸਾਡਾ ਕਾਫਲਾ ਖੈਰ ਖੈਰੀਅਤ ਨਾਲ ਆਪਣੇ ਮੰਜ਼ਿਲ ਮਕਸੂਦ ਤੇ ਪਹੁੰਚਾਏ ਅਤੇ ਖੈਰ ਖੈਰੀਅਤ ਨਾਲ ਵਾਪਸ ਆਪਣੇ ਘਰ ਵੀ ਪਹੁੰਚਾਏ। ਇਸ ਦਿਨ ਵਿੱਚ ਕੋਈ ਵੀ ਨੇਕ ਇਰਾਦਾ ਅੱਲਾ ਪੂਰਾ ਕਰੇ, ਅੱਲਾ ਸਭ ਦੀਆਂ ਇਸ ਜਿਹੜੀ ਤੇ ਮਹਿਫਲ ਹੋਈ ਹੈ ਮਹਿਫਲ ਨੇ ਸਦਕੇ ਸਭ ਦੀਆਂ ਦਿਲੀ ਨੇਕ ਇਰਾਦਾ ਪੂਰੀਆਂ ਕਰੇ, ਸਭ ਦੀਆਂ ਪਰੇਸ਼ਾਨੀਆਂ ਦੂਰ ਕਰੇ, ਸਭ ਦੀਆਂ ਮੁਸ਼ਕਲਾਂ ਆਸਾਨ ਕਰੇ, ਇਸ ਜਗ੍ਹਾ ਕੀ ਵੀ ਆਬਾਦ ਰੱਖੇ, ਇਸ ਜਗ੍ਹਾ ਦੀ ਬਰਕਤਾਂ ਅਦਾ ਫਰਮਾਏ, ਇਹਨਾਂ ਨੇ ਕਾਰੋਬਾਰ ਦੀ ਰਿਜ਼ਕ ਦੀ ਬਰਕਤ ਅਦਾ ਫਰਮਾਏ। ਇਸ ਦਿਨ ਵਿੱਚ ਕੋਈ ਵੀ ਨੇਕ ਇਰਾਦਾ ਅੱਲਾ ਪੂਰਾ ਕਰੇ, ਅੱਲਾ ਸਭ ਦੀ ਮਦਦ ਕਰੇ। ਠੀਕ ਹੈ ਯਾਰ ਮਾਨੀ।